देखो गल भगवंत मान ने अपनी प्यास बुझाई आ खैरे नूं अरेस्ट करके कर सकता सीगा आफ्टर ऑल चीफ मिनिस्टर अज दी डेट विच पुलिस है विजिलेंस है अमला है वो मेरे खून का तो प्यासा सीगा ही सीगा आपां सब नूं पता वा मेरे ते तीन एफ आई आर इस मुकदमे तो पहला भगवंत मान पर्सनल इंस्ट्रक्शन स्वपन शर्मा जिहड़ा इस एस आई टी का मुखी बनया ना हूं इसे एस आई टी बनाई गई एक ओदा भी मुखी स्वपन शर्मा वा उन्हूं डिप्यूट किया गया चुन के खैरे नूं ठोकना वा यह बदलाव की राजनीति नहीं है मेरे वीरो यह प्योर बदले की राजनीति आ और ये ऑफिसर्स जेड़े उन्होंने हाथ टोके बन रहे ने जेड़े यू नो आई एम वेरी सैडेंड दैट द पुलिस इज बिहेविंग लाइक पेड मर्सिनरीज ऑफ द पुलिस ऑफ द गवर्नमेंट पेड मर्सिनरीज जिदा आपां पहाड़े दे नहीं लेके आई दे बदमाश ये पुलिस का काम नहीं दे आर सपोज टू गो बाय द रूल ऑफ कॉन्स्टिट्यूशन दे आर सपोज टू गो बाय द रूल ऑफ लॉ ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ ਪਾਕਿਸਤਾਨ ਨੂੰ ਘੱਟ ਸਟੇਟ ਹੈਗੀ ਆ ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ ਮੇਰੇ ਬੈੱਡਰੂਮ ਤੱਕ ਅੰਦਰ ਪੁਲਿਸ ਵੜੀ ਜਿੱਥੇ ਮੇਰੀ ਸਾਡੇ ਪਰਿਵਾਰ ਦੀਆਂ ਔਰਤਾਂ ਮੇਰੀ ਵਾਈਫ ਬੈਠੀ ਸੀ ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ ਦੇ ਹੈਡ ਨੋ ਵਾਰੰਟ ਫਿਰ ਮੈਂ ਇਹਨਾਂ ਨੂੰ ਕਿਹਾ ਮੈਨੂੰ ਈਡੀ ਨੇ ਵੀ ਅਰੈਸਟ ਕੀਤਾ ਈਡੀ ਨੇ ਵੀ ਇੰਡੀਪੈਂਡੈਂਟ ਵਿਟਨੈਸਿਸ ਬੁਲਾਉਣ ਦਿੱਤੇ ਸੀ ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ ਔਰ ਉਥੋਂ ਆਉਣ ਹੁਣ ਕਹਿੰਦੇ ਨੇ ਜੀ ਕੋਈ ਐਸ ਆਈ ਟੀ ਨੇ ਰਿਪੋਰਟ ਬਣਾਈ ਆ 2015 ਦਾ ਐਨਡੀਪੀਐਸ ਕੇਸ ਹੈ ਇੱਕ ਐਫ ਆਈ ਆਰ ਨੰਬਰ 35 ਉਸੇ ਕੇਸ ਰਿਪੀਟਡਲੀ ਮੈਨੂੰ ਇੰਪਲੀਕੇਟ ਕੀਤਾ ਜਾ ਰਿਹਾ ਪਹਿਲਾਂ 2015 ਚ ਅਕਾਲੀ ਦਲ ਦੇ ਖਿਲਾਫ ਸੀਗਾ ਤੇ ਉਦੋਂ ਉਹਨਾਂ ਨੇ ਮੈਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਝੂਠਾ ਜਿਹਾ ਕਾਲ ਰਿਕਾਰਡ ਬਣਾ ਲਿਆ ਮੇਰੇ ਹਲਕੇ ਦਾ ਇੱਕ ਆਦਮੀ ਸਿਰਫ ਗੁਰਦੇਵ ਸਿੰਘ ਚੇਅਰਮੈਨ ਚੰਗਾ ਬੰਦਾ ਸੀਗਾ ਭਟਕ ਗਿਆ ਹੋਊਗਾ ਉਹ ਜਦੋਂ ਐਫ ਆਈ ਆਰ ਹੋਈ 2015 ਚ ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ ਮੈਂ ਉਹਨੂੰ ਕਿਹਾ ਵੀ ਸਗੋਂ ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ ਤੂੰ ਆਪ ਵੀ ਫਸੇਗਾ ਤੇ ਮੈਨੂੰ ਵੀ ਫਸਾਏਗਾ ਸਿਰਫ ਭਰਾਓ ਮੀਡੀਆ ਵਾਲਿਓ ਔਰ ਪੰਜਾਬੀਓ ਸਿਰਫ ਕਾਲ ਰਿਕਾਰਡ ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂੰਗਾ ਵੀ ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ ਐਨਡੀਪੀਐਸ ਵਰਗੇ ਇੱਕ ਸੀਰੀਅਸ ਜੁਰਮ ਦੇ ਵਿੱਚ ਪਹਿਲਾਂ ਬਾਦਲਾਂ ਨੇ ਕਿਉਂਕਿ ਆਈ ਵਾਜ਼ ਫਾਈਟਿੰਗ ਦੈਮ ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਜਿਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ ਜਦੋਂ ਇਹਨੂੰ ਮੈਂ ਕਢਾਇਆ ਉਸ ਮਾਈਨਿੰਗ ਵਾਲੇ ਕੇਸ ਚੋਂ ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨਸਾਮੇ ਤੋਂ 25 ਕਰੋੜ ਰੁਪਇਆ ਬੇਨਾਮੀ ਬੋਲੀ ਦਿੱਤੀ ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ ਇਸੇ ਐਫ ਆਈ ਆਰ 35 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ ਮੇਰੀ ਸਪੋਰਟ ਕਰਦਾ ਸੀ ਇਸ ਐਫ ਆਈ ਆਰ ਵਿੱਚ ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ ਬਲਜਿੰਦਰ ਕੌਰ ਕੁਲਤਾਰ ਸੰਧਵਾ ਮੇਰੇ ਨਾਲ ਇਸ ਐਫ ਆਈ ਆਰ ਨੂੰ ਕਹਿੰਦੇ ਸੀ ਝੂਠੀ ਆ ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ ਸੀ 2017 ਚ ਇਸੇ ਐਫ ਆਈ ਆਰ 35 ਚ ਮੇਰੇ ਸਮਨਿੰਗ ਸਟੇ ਕਰ ਦਿੱਤੀ ਸਮਨਿੰਗ ਸਟੇ ਰਹੀ ਕਿਉਂਕਿ ਲਾਅ ਪੁਆਇੰਟ ਸੀਗਾ ਕਿ ਕੀ ਦੂਜਿਆਂ ਨੂੰ ਸਜ਼ਾ ਕਰਨ ਤੋਂ ਬਾਅਦ ਜਿਹੜੇ ਬੰਦੇ ਦਾ ਐਫ ਆਈ ਆਰ ਚ ਨਾਂ ਨਿੰਗਾ ਚਲਾਨ ਚ ਨਾਮ ਨਿੰਗਾ ਜਿਹਦੇ ਚ ਰਿਕਵਰੀ ਕੋਈ ਨਹੀਂ ਜਿਹਦਾ ਦੋਸ਼ ਕੋਈ ਨਹੀਂਗਾ ਉਹਨੂੰ ਅਦਾਲਤ ਸਮਨ ਕਰ ਸਕਦੀ ਆ ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ ਹੈ ਕਨਸਟੀਟਿਊਸ਼ਨਲ ਬੈਂਚ ਉਸ ਬੈਂਚ ਨੇ ਇਸੇ ਐਫ ਆਈ ਆਰ 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ ਉਹਨੂੰ ਕੋਸ਼ ਕਰ ਦਿੱਤਾ ਔਰ ਇਸੇ ਐਫ ਆਈ ਆਰ ਦੇ ਆਧਾਰ ਤੇ ਬੀਜੇਪੀ ਨੇ ਆਪਣਾ ਗੁੱਸਾ ਕੱਢਿਆ ਕਿਉਂਕਿ ਮੈਂ ਯੁਆਪਾ ਦੇ ਕੇਸ ਲੜਦਾ ਸੀ ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਂਦਾ ਸੀ ਇਸੇ ਐਫ ਆਈ ਆਰ ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ PMLA ਦਾ ਕੇਸ ਬਣਾ ਦਿੱਤਾ ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀ ਆ ਸਮਨਿੰਗ ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ ਐਫ ਆਈ ਆਰ 35 ਚ ਤੇ ਮੈਂ ਤਾਂ ਹਾਈ ਕੋਰਟ ਗਿਆ ਹਾਂ ਕਿ ਕੁਆਸ਼ ਕਰ ਦਿਓ ਸਾਰਾ ਮਾਮਲਾ ਕੁਆਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫੋਰ ਸਟੇਇੰਗ ਦ ਪ੍ਰੋਸੀਡਿੰਗਸ ਆਫ PMLA ਕੋਰਟ ਇਧਰੋਂ ਉਸੇ ਐਫ ਆਈ ਆਰ ਵਿੱਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ ਉਸੇ ਐਫ ਆਈ ਆਰ ਵਿੱਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ ਚ ਮੇਰੀ ਐਂਟੀਸਪੇਟਰੀ ਬੇਲ ਹੋ ਗਈ ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ ਐਫ ਆਈ ਆਰ ਔਰ ਸੁਣੋ ਬਿਲਕੁਲ ਇਹੀ ਚਾਰਜਸ ਕਿ ਕਾਲ ਰਿਕਾਰਡ ਸੀ ਜੀ ਡਰੱਗ ਮਨੀ ਸੀ ਜੀ ਸਾਰਾ ਝੂਠੋ ਝੂਠ ਬਣਾ ਕੇ ਇਹੀ ਤਾਂ ਚਲਾਨ ਮੇਰਾ ਈਡੀ ਦਾ ਵਾ ਇਹੀ 78 ਦਿਨ 80 ਦਿਨ ਮੈਂ ਜੇਲ੍ਹ ਕੱਟੀ ਆ ਔਰ ਹਾਈ ਕੋਰਟ ਦੇ ਜੱਜ ਸਾਹਿਬ ਨੇ ਮੈਨੂੰ ਰੈਗੂਲਰ ਬੇਲ ਗ੍ਰਾਂਟ ਕੀਤੀ ਆ ਇਸੇ ਇਲਜ਼ਾਮ ਚ ਕੈਨ ਯੂ ਪਨਿਸ਼ ਅ ਪਰਸਨ ਅਗੇਨ ਐਂਡ ਅਗੇਨ ਫੋਰ ਦ ਸੇਮ ਕ੍ਰਾਈਮ 1 ਟਾਈਮ 2 ਟਾਈਮ 3 ਟਾਈਮਸ
ਆ ਸਾਡੇ ਦੇਸ਼ ਦਾ ਇਸ ਵਿੱਚ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ ਬਦਮਾਸ਼ਾਂ ਦਾ ਔਰ ਇਹ ਆ ਚੱਲ ਰਿਹਾ ਐਸ ਆਈ ਟੀ ਦੇ ਮੈਨੂੰ ਅਫਸੋਸ ਲਾਸਟ ਮਿੰਟ ਜੀ ਇੱਕ ਮਿੰਟ ਐਸ ਆਈ ਟੀ ਮੈਨੂੰ ਅਫਸੋਸ ਆ ਵਾਟ ਇਜ਼ ਐਸ ਆਈ ਟੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਆ ਸਵਪਨ ਸ਼ਰਮਾ ਉਹਦਾ ਹੈਗਾ ਇਹਦਾ ਫਰਜ਼ ਨਹੀਂ ਸੀ ਬਣਦਾ ਮੈਂ ਇਲੈਕਟਿਡ ਐਮ ਐਲ ਏ ਆ ਥ੍ਰਾਈਸ ਫਾਰਮਰ ਲੀਡਰ ਆਫ ਆਪੋਜੀਸ਼ਨ ਇਹ ਮੈਨੂੰ ਨੋਟਿਸ ਭੇਜਦਾ ਮੈਂ ਜਾਂਦਾ ਮੇਰੀ ਗੱਲ ਤਾਂ ਸੁਣ ਲੈਂਦਾ ਮੇਰੇ ਸੁਪਰੀਮ ਕੋਰਟ ਦੇ ਆਰਡਰਸ ਤਾਂ ਦੇਖ ਲੈਂਦਾ ਮੇਰੀ ਹਾਈ ਕੋਰਟ ਦੀ ਬੇਲ ਤਾਂ ਦੇਖ ਲੈਂਦਾ ਬਸ ਕਿਸੇ ਤਰੀਕੇ ਨਾਲ ਖੂਨ ਦੇ ਪਿਆਸੇ ਹੋਏ ਹੋਏ ਸੀਗੇ ਲਾਈਕ ਆਈ ਸੈਡ ਆਈ ਐਮ ਸੈਡਨਡ ਆਫਸਰਸ ਲਾਈਕ ਸਵਪਨ ਸ਼ਰਮਾ ਹੂ ਹੈਵ ਬਿਕਮ ਪੇਡ ਮਰਸਨਰੀਜ਼ ਆਫ ਦਾ ਗਵਰਨਮੈਂਟ ਇਹ ਮੈਨੂੰ ਦੁੱਖ ਇਸ ਗੱਲ ਦਾ ਵਾ ਇਹਨਾਂ ਦਾ ਕੰਮ ਨਹੀਂ ਗਾ ਇਹਨਾਂ ਦਾ ਕੰਮ ਹੈਗਾ ਸੰਵਿਧਾਨ ਤੋਂ ਤਨਖਾਹ ਲੈਂਦੇ ਨੇ ਇਹ ਕਿਸੇ ਭਗਵੰਤ ਮਾਨ ਦੇ ਜੁੱਤੀ ਚੱਟ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ ਉਹਦੇ ਤੋਂ ਤਨਖਾਹ ਨਹੀਂ ਲੈਣੀ ਚਾਹੀਦੀ ਔਰ ਭਗਵੰਤ ਸੁਣ ਲਾ ਤੂੰ ਚੰਗੀ ਤਰ੍ਹਾਂ ਨਾਲ ਰਾਜ ਹਮੇਸ਼ਾ ਨਹੀਂ ਰਹਿੰਦਾ ਇਕਸਾਰ ਇਹ ਰਾਜ ਪਰਿਵਰਤਨ ਹੋਵੇਗਾ ਅਸੀਂ ਤਾਂ ਭੁਗਤ ਲਈਆਂ ਵਾ ਮੈਂ ਜੇਲ੍ਹ ਵੀ ਕਈ ਵਾਰੀ ਜਾਇਆ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਬੜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲ੍ਹ ਗਏ ਨੇ ਤੂੰ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਅੰਦਰ ਕੀਤਾ ਵਾ ਫਿਰ ਤੂੰ ਨਹੀਂ ਉਹ ਭੁਗਤ ਹੋਣਾ ਫਿਰ ਤੂੰ ਇੱਕ ਦਿਨ ਨਹੀਂ ਥਾਣੇ ਰਹਿ ਹੋਣਾ ਮਰ ਜਾਏਗਾ ਦਾਰੂ ਤੋਂ ਬਗੈਰ ਤੇਰਾ ਪਤਾ ਸਾਰੀ ਦੁਨੀਆ ਨੂੰ।